ਅਸਾਂ ਤੇ ਕਾ ਸਦਮਾ ਹੈ, ਪਰ ਸਤਿਗੁਰਾਂ ਦਾ ਪ੍ਰਮਾਣ ਹੈ। ਜਿਸ ਤੱਕ ਸੀ ਨੇ ਕੋਈ ਚਾਰਾ ਤਾਂ ਕੋਈ ਕੀਜੇ ਸਾਹ ਨਮਸਕਾਰਾ, ਆਪਣਾ ਕੁਦੇ ਅੱਗੇ ਕੋਈ ਜੋਰ ਨਹੀਂ ਹੁੰਦਾ। ਇਸੇ ਕਰਕੇ ਸਾਰਿਆਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਿਓ ਅਤੇ ਪਿੱਛੇ ਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਮਨ ਬਖਸ਼ ਕਰਿਓ। ਤੁਹਾਡੀ ਸਾਰਿਆਂ ਦੀ ਇਹ ਕੀਤੀ ਅਰਦਾਸ ਬੇਨਤੀ ਬਿਰਤੀ ਦੀ ਜਾਏਗੀ। ਸਰਦਾਰ ਸ਼ਮਸ਼ੇਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਸਤਿਗੁਰੂ ਮਨ ਬਖਸ਼ ਕਰਨਗੇ ਅਤੇ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਨਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਛੜੀ ਰੂਹ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਬਦਾਂ ਦੇ ਕੋਲ ਪੇਸ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਹੈ ਤਾਂ ਸਾਰਾ ਕੁਛ ਹੁਕਮ ਦੇ ਵਿੱਚ, ਕਿਉਂਕਿ ਆਪਣੇ ਹੱਥ ਕੁਛ ਨਹੀਂ ਹੈ। ਮੈਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਬੂਟਾ ਸਿੰਘ ਦੇ ਜੀਵਨ ਵਿੱਚ 2-3 ਮਹੀਨੇ ਪਹਿਲਾਂ ਮਹਾਂਪੁਰਖਾਂ ਕੋਲ 4 ਮਹੀਨੇ ਪਹਿਲਾਂ 3 ਵਜੇ ਉੱਠ ਕੇ ਜਾਂਦੇ ਸੀ। ਕੋਈ ਜੀਵ ਆਤਮਾ ਦਾ ਆਪਣਾ ਸਬਰ ਸੀ, ਉੱਥੇ ਕੀਰਤਨ ਕਰਦੇ ਸੀ। ਅਤੇ ਉਹ ਮਹਾਂਪੁਰਖ ਵੀ ਇੰਨੇ ਨੇ ਕਿ ਬਾਈ ਬਾਈ 23-24 ਦਿਨ ਉਹ ਖੜ੍ਹ ਕੇ ਭਗਤੀ ਕਰਦੇ ਸੀ। ਜਾਣ ਵੇਲੇ ਦਾ ਸਮਾਂ ਇਹ ਵੀ ਨਿਰੰਕਾਰ ਦੇ ਹੁਕਮ ਵਿੱਚ ਹੀ ਹੈ, ਸਾਰਾ ਉਹਦਾ ਖੇਲ ਹੈ। ਸੋ ਮੈਂ ਮਹਿਸੂਸ ਕਰਦਾ ਕਿ ਆਪਾਂ ਸਾਰਿਆਂ ਨੇ ਅਰਦਾਸ ਰੂਪੀ ਕੀਰਤਨ ਰਾਹੀਂ ਉਸ ਬੇਟੇ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਰਦਾਰ ਸ਼ਮਸ਼ੇਰ ਸਿੰਘ ਜੀ ਇੱਕ ਬਹੁਤ ਪਿਆਰ ਸਤਿਕਾਰ ਹੈ ਉਹਨਾਂ ਦਾ, ਵੀ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਨੇ। ਸਭ ਤੋਂ ਵੱਡੀ ਗੱਲ, ਸਰਦਾਰ ਸ਼ਮਸ਼ੇਰ ਸਿੰਘ ਵਿੱਚ ਇੱਕ ਨਿਮਰਤਾ ਹੈ ਜੋ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦੁਆਰਾ ਸਾਨੂੰ ਸਾਰਿਆਂ ਨੇ ਦੱਸਿਆ, ਅਤੇ ਉਹਨਾਂ 'ਤੇ ਬਹੁਤ ਵੱਡਾ ਅੱਖ ਹੈ ਅਤੇ ਸਹਿ ਜਿਹੜਾ ਇਹ ਕਸ਼ਟ ਆਇਆ ਸਤਿਗੁਰੂ ਕਿਰਪਾ ਕਰਨ। ਮੇਰੇ ਨਾਲ ਜਾਤੀ ਅਤੇ ਜਮਾਤੀ ਤੌਰ 'ਤੇ ਇਸ ਪਰਿਵਾਰ ਦੀ ਬਹੁਤ ਨੇੜਤਾ ਹੈ। ਮੈਂ ਤੁਹਾਡੀ ਸਾਰੀ ਸੰਗਤ ਦਾ, ਸਾਰੇ ਜਥੇਦਾਰ ਸਾਹਿਬਾਨਾਂ ਦਾ, ਪਾਰਟੀ ਦੇ ਆਗੂ ਸਾਹਿਬਾਨਾਂ ਦਾ, ਤੁਹਾਡਾ ਸਾਰਿਆਂ ਦਾ ਬਹੁਤ ਪਰਿਵਾਰ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਇਹੋ ਜਿਹੇ ਮੌਕੇ 'ਤੇ ਦੁੱਖ ਮਨਾਇਆ। ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬੇਟੇ ਸਮਾਨ ਸਰਦਾਰ ਬੂਟਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਖੇਮਾ ਦਾ ਜਾਚਕਾਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਾਡਾ ਫੁੱਲ ਭੇਟ ਕਰਦੇ ਹਾਂ ਜਾਂ ਪਰਿਵਾਰ ਵੱਲੋਂ, ਸਮੁੱਚੀਆਂ ਪੰਚਾਇਤਾਂ ਦਾ, ਫਿਰ ਸਮੁੱਚੇ ਕਲੰਬਾਂ ਦਾ, ਸਮੁੱਚੇ ਪਰਿਵਾਰ ਵੱਲੋਂ ਸਰਦਾਰ ਸੁਖਜੀਤ ਸਿੰਘ ਜੀ, ਸਰਪੰਚ ਸਾਹਿਬ ਔਰ ਸਰ ਲਖਨ ਸਿੰਘ ਜੱਟਾ ਸਾਹਿਬ ਜੋ ਕਿ ਆਪਣੇ ਦਲ ਦੇ ਆਗੂ ਵੀ ਨੇ, ਉਹਨਾਂ ਵੱਲੋਂ ਸਮੁੱਚੀਆਂ ਦਾ, ਆਪਣੇ ਜਥੇਬੰਦੀਆਂ ਦਾ, ਸਮੁੱਚੀਆਂ ਪੰਚਾਇਤਾਂ ਦਾ, ਸਮੁੱਚੀਆਂ ਕਲੰਬਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀਓ ਤਾਰੀ ਮੈਂ ਤੋ
Thank you.
Yeah.
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 Oh,
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਾ ਨਿਰਤਨ, ਭਗਵਤੀ ਸਿਮਰ ਕੈ, ਗੁਰ ਨਾਨਕ ਲੈਂਦੇ ਆਏ ਫਿਰ ਅੰਗਦ ਗੁਰਦੇ, ਅਮਰਦਾਸ ਰਾਮਦਾਸਾ ਹੋਈ ਸਹਾਇ, ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੰਦ ਦਿਆ ਦਾਤਾ, ਸਭ ਥਾਵੀ ਉਚਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਵੀ ਉਚਾਏ ਦਸਵੇਂ ਖਾਲਸਾ ਸਾਹਿਬ ਬੋਲੋ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਸਕਿਆ, ਦੇਖ ਚਲਾਈ ਤੇਗ ਬਹਾਈ, ਵੇਖ ਸੁਣ ਕੇ ਅੰਡਠ ਕੀਤਾ, ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ। ਜਿਹਨਾਂ ਸਿੰਘ ਸਿੰਘਣੀਆਂ ਨੇ ਧਾਰਮਿਕ ਸ਼ੀਸ਼ ਦਿੱਤੇ, ਬੰਦ ਬੰਦ ਕੁਟਵਾਏ, ਕੋਬਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਨ ਤਾਰਾਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਜੰਗ ਲਵਾਈ, ਤਿੰਨਾਂ ਸਿੰਘ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, 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 ਨਾਮ ਜਿਤੇ ਆਵੇ ਜਿਤੇ ਆਵਣ ਕਾ ਸਦਕਾ, ਸ਼ਰਮ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸੀਆਂ ਰਿਆ, ਦੇਖ ਦੇਖ ਫਤਿਹ ਬਦਗੀ ਪੈ, ਪੰਥੀ ਜੀ ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਤੇ ਬੋਲੋ। ਵਾਕਸੋ ਜੀ ਸਿੱਖੀ ਦਾਨ, ਕਿਸ਼ਨਾਨ ਰਹਿਤਾਨ, ਗੁਰਬੀਰ ਦਾਨ, ਵਿਸਾਖਾਨ, ਭਰੋਸਾ ਦਾਨਾ, ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ। ਆਪ ਜੀ ਦੇ ਗੁਰਸਿੱਖਾਂ ਦਾ ਮਨ ਰੀਵਾ, ਮਾਂ ਦੇ ਉੱਚੇ ਮਤਦਾਰਾਂ ਕਾ ਆਪ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਪੰਥ ਦੇ ਸਦਾ ਸਹਾਈ ਦਾ ਸਾਥ ਜੀਓ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ, ਸਿੱਖ ਪੰਥ ਦੇ ਰਤਨ ਰਜਾਦਾ ਨੂੰ ਵਿਸਾਰਿਆ ਗਿਆ, ਇਹਨਾਂ ਦੇ ਖੁੱਲੇ ਦਰਸ਼ਨ ਦਾ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਤੇ ਮਹਿਮਾਨਿਆਂ ਦੇ ਮਾਨ, ਨਿਸਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾਏ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੀਆਂ ਬਖਸ਼ਿਸ਼ ਰੂਹਾਂ ਦੇ ਵਿੱਚੋਂ ਭਾਈ ਬੂਟਾ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਆਪ ਜੀ ਦੇ ਮਹਾਂਪੁਰਖ ਅਨੁਸਾਰ ਜਿਹਾ ਚੀਜ਼ ਲਿਖਿਆ ਤੇ ਕਮਾਈ ਕਰੇ ਨਾਨਕਾ ਸੱਦੇ ਉੱਠੀ ਜਾਏਦੇ ਮਹਾਂਪੁਰਖ ਅਨੁਸਾਰ ਮਹਾਰਾਜ ਜੀ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਬੀਤੇ ਦਿਨਾਂ ਤੋਂ ਲੈ ਕਰਕੇ ਆਪ ਜੀ ਸ੍ਰੀ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਕਾਈ ਦੇ ਸ੍ਰੀ ਸਹਿਜ ਪਾਠ ਕਰ ਆਰੰਭ ਸਨ, ਜੋ ਆਪ ਪਰਮਾਤਮਾ ਤੋਂ ਸੰਪੂਰਨ ਇਸ ਸਮੇਂ ਭੋਗ ਪੈ ਚੁੱਕੇ ਹਨ। ਮਹਾਰਾਜ ਜੀ ਗੁਰਬਾਣੀ ਬੜੀ ਸੁਣੀ ਲਿਖ ਕੇ ਦਾ ਪ੍ਰਵਾਨ ਕਰਦੀ ਕਰਵਾਦਾ ਘਾਟਾ ਪੁਰਖ ਮਾਫ ਕਰਨਾ ਸਰਬੱਤ ਦੇ ਕਾਰਜ ਰਾਜ ਕਰਨੇ ਮਹਾਰਾਜ ਜੀ ਹੋ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਿਸ਼ ਕਰਨਾ, ਭਾਈ ਬੂਟਾ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਹੋ ਇਸ ਸਮੇਂ ਆਪ ਜੀ ਦੀ ਮਜ਼ਦੂਰੀ ਦੇ ਵਿੱਚ ਰਾਗੀ ਸਿੰਘਾਂ ਵੱਲੋਂ ਗੁਰਮਤਿ ਗਾਇਨ ਭਾਵ ਕੇ ਸ਼ਬਦ ਕੀਰਤਨ ਦੇ ਬਾਅਦ ਹੋਏ ਲਿਖੇ ਦਾ ਪ੍ਰਵਾਨ ਕਰਨੀ ਮਹਾਰਾਜ ਜੀ ਹੋ ਸੁਧ ਸਪਾਠ ਗੁਰਬਾਣੀ ਪੜ੍ਹਨ ਦਾ ਕਥਾ ਕੀਰਤਨ ਵਿਚਾਰ ਕਰਨ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਜੀ ਹੋ ਪਰਿਵਾਰ ਦੀਆਂ ਕਿਰਤ ਕਮਾਨਾਂ ਦੇ ਵਿੱਚੋਂ ਦੇਗਾ ਸਾਜੀਏ ਹਜ਼ੂਰੀ ਵਿੱਚ ਹਾਥ ਲਾਉਣਾ ਅਨੇਕ ਪ੍ਰਕਾਰ ਭੋਜਨ ਵਹ ਪੀਏ ਵਹ ਵਿਅੰਜਨ ਮਟਕਾਏ ਕਈ ਪਾਕ ਸਭ ਸੋਚ ਕਵਿੰਦਰਾ ਹੁਣ ਲਾਭ ਭੋਗ ਹਰਾਏ ਤੋ ਮਹਾਰਾਜ ਜੀ ਇਸ ਸਮੇਂ ਆਪ ਜੀ ਨੂੰ ਸੁੰਦਰ ਪਸਾਕੇ ਪਹਿਨਾਏ ਗਏ ਨੇ, ਲੋਕ ਪ੍ਰਲੋਕ ਦੇ ਵਿੱਚ ਪਰਦੇ ਗੱਜਣੇ ਅਜਾ ਸੰਗਤਾਂ ਦੀਆਂ ਹਾਜ਼ਰੀਆਂ ਲਿਖ ਕੇ ਦਾ ਪ੍ਰਵਾਨ ਕਰਨੀਆਂ ਇਲਾਹੀ ਗੁਰਬਾਣੀ ਦੇ ਵਿੱਚੋਂ ਦਰਗਾਹੀ ਪ੍ਰਵਾਨ ਸੁਣਾਈ ਕਰ ਸੰਗਤਾਂ ਨੂੰ ਨਜ਼ਰੀ ਨਾਲ ਰਿਹਾ ਕਰੋ ਛੇਹੀ ਪਿਆਰੇ ਮੇਰੇ ਜਿੰਨੀ ਵੀ ਲਾਤਾ ਪਰ ਨਾਮ ਦਿੱਤਾ ਹੋਏ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਗੁਰੂ ਨਾਨਕ ਨਾਮ ਚਾੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ ਜਹਾਜ ਹੈ
ਬਹੁਤ ਹੀ ਅਨਹੋਣੀ ਘਟਨਾ
जो साडे इस परिवार वाला सरदार सुरजीत सिंह जी और सरदार लक्ष्मण सिंह जी उन्होंने बड़े भरा सरदार बुड्ढा सिंह जी के परिवार वाला समुचे नाल वापरी है। बहुत ही दुख की घड़ी है, कुदरती तौर पर जिन्हें भी संगत इस दुख की घड़ी में आया, क्योंकि दुख कटाया घट जाता है, खुशी कटाया बढ़ जाती है। सरदार बुड्ढा सिंह जी बहुत ही मेहनती और हिम्मती जो क्लब के प्रधान थे, उन्होंने क्लब बनाया नौजवान पिंड समाज की सेवा और धर्म की सेवा के लिए काम करते, जो पिछले हमें छड़ के चले गए। और इस परिवार ने सरदार सुरजीत सिंह जी सरपंच साहब और लम्मा सिंह पिंड की उन्होंने नुमाइंदगी भी की। उत्थे सरदार लक्ष्मण सिंह जी जो हूँ सेवादार अपने अध्यापक और किसी बन मारे ने, उन्होंने भी ब्लॉक समिति मैंबर बन के अपने इलाके की अपने नगर की बहुत बड़ी सेवा की, जो हमेशा समुचा प्राप्त श्रोमणी अकाली दल जुड़िया है लंबे समय तो, हूँ भी उन्होंने साड़ी पार्टी का श्रोमणी अकाली दल का बहुत बड़ा साथ दे रहे हैं समुचे नगर में, क्योंकि इस परिवार का नाम साढ़े समुचे जिले में लीजिए मैं कहना समुचे पंजाब, क्योंकि जो उन्होंने धर्म के समाज के काम किए हैं समुचे परिवार ने। गुरबाणी के रिश्ते की गल की है, सरदार बुड्ढा सिंह की मौत अचानक मौत जो हुई, उन्होंने छोटा बेटा तो 8 साल का सी, 8 साल के बच्चे की जो कि उम्र होती है, कई ज्ञान होंगे सामने वाली मौत हुई अपने पिता जी की। गुरबाणी में लिखे है साहब श्री गुरु अर्जन देव जी लिखते हैं रिश्ते की गल करते हम तो मैं भी रिश्ते जोड़ रहे हैं, वो कहते हैं माँ को बेटा नीका ससर चतर जवाई, बाल कन्या को पिता प्यारा भाई सेहत पाई। उस बेटे की दुख की कहानी, उन्होंने पिता उन्होंने माता उसनों पता है कि साढ़े छोटे बेटे की किन्ना प्यार है छोटे बच्चे कि उन्होंने दुख होया है, और उन्हें भरा लक्ष्मण सिंह जी और उन्होंने बेटा जो उन्होंने नाल से उस टाइम एक्सीडेंट के समय उन्होंने अपने अखी जहाँ ने अपने पिता को देखा। सो यह दुख है जो बहुत परमात्मा की कृपा बड़ा चलना आता है, फिर भी असी जीव हाँ सू भाणा मंदा बख्शे गुरु ने परमात्मा की दुखी कर सकेंगे सच्चे पातशाह परमात्मा भाणा मंदा रखी और इस परमात्मा के सच्चे मेहर पर रखी। मैं अपने वालों अपनी पार्टी वालों और इस परिवार की और इस नगर की दी हुई सेवा श्रोमणी गुरुद्वारा प्रबंधक कमेटी वालों उस अपने बेटे को श्रद्धा सत्कार भेट करता है परमात्मा के चौधरी करता है सच्चे पातशाह, उस बेटे ने अपने चरणों में नवाज सकसी, उस बेटे ने लंबी उम्र बख्शी और समुचे परिवार को भाणा मंदा बख्शी। साढ़े को बहुत ही सत्कार जो महान हस्तियां इस दुख की घड़ी जो हाल ही लगा के गई ने, मैं उन्होंने नाम लवाना कर समा बहुत होता जा रहा, 2-3 बुला रहे अभी बुलाने ने बाकियों तो मैं हाथ जोड़ के परिवार वालों अपने वालों बेनती माफी भी मंगाया कि समा नहीं दे सकते सारे को। बहुत ही साढ़े सरकार जो साढ़े श्रोमणी अकाली दल की महान शक्ति सरदार परमिंदर सिंह जी ढींसा साहब वित्त मंत्री पंजाब साबका MLA हलका लहरा वो विशेष तौर पर इस परिवार नाल हाजिरी लगा के गए, उन्होंने हाजिरी लगा है सरदार सुरजीत सिंह जी धमान MLA वो भी इस परिवार नाल, उन्होंने बेटा जसविंदर सिंह जी धमान दोवे इस परिवार नाल अपने दुख का इजहार करके गए, उन्होंने भी मैं हाजिरी लगा और सरदार अमन अरोड़ा जी MLA सलाम वो भी हाजिरी लगा के गए हैं, सरदार हरपाल सिंह जी चीमा जो MLA हलका हैदराबाद में आम पार्टी वो भी इस परिवार को साझा करके गए, उन्होंने भी हाजिरी लगा। और भी साढ़े को श्रोमणी अकाली दल के महान शख्सियतें जो बैठी ने मैं सारे समा तो नहीं दे सकता, उन्होंने नाम जरूर हाजिर लगाऊंगा। सत्र सिंह जी बोल जो चेयरमैन ने जिला परिषद ने बीबी परमजीत कौर जी फिर जिला प्रधान ने अकाली दल ने उन्होंने भी माफी, सरदार धर्मेंद्र सिंह जी जो पंचायत यूनियन के प्रधान ने संगरूर जिले के उन्होंने भी माफी, और साढ़े काका जी सारों को जो चेयरमैन ने साढ़े ब्लॉक समिति जिला परिषद के मार्केट कमेटी के वो भी हाजिर लगा के गए हैं, सरदार बसंत सिंह जी पठान जो चेयरमैन और डायरेक्टर ने मार्केट पंजाब के उन्होंने भी हाजिर लगा, भुपिंदर सिंह जी मोड़ जो साढ़े चेयरमैन मार्केट कमेटी सूत्र के उन्हों को भी हाजिरी माफ़ी मंगना, भरपूर सिंह जी शाहजली और सरदार बलवीर सिंह जी चीमा उन्होंने भी मैं हाल माफ़ी मंगना, सारिया संगतों को मैं माफ़ी मंगता हुआ। हूँ मैं सब तो पहला साढ़े बहुत ही सत्कार जो इन्होंने साढ़े निके जे शब्द के दुख की घड़ी शरीक हुए हैं, साढ़े बहुत ही सत्कार जो वैलू हुए सरदार इकबाल सिंह जी धूंदा जो जिला प्रधान ने श्रोमणी अकाली दल समूह के नवे नियुक्त हुए हैं, उन्होंने बेनती करूँगा कि वो दो शब्द उस बेटे की श्रद्धा सत्कार भेंट करके सरदार इकबाल सिंह जी धूंदा जिला प्रधान श्रोमणी अकाली दल समूह। बहुत ही अहम दुख के समय के जो समूह गुरु साहब संत वाहेगुरू जी का खालसा वाहेगुरू जी की फतेह, सत्संग के अंदर तो सारे रिश्तेदार दोस्त मित्र परिवार का स्नेह रखना, बहुत बड़ी गिनती हुई
ਵੀਰ ਬੁੱਢਾ ਸਿੰਘ ਹੋਰਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਸ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਿਆ ਹੈ। ਇਹ ਹਾਦਸਾ ਜਿੰਨਾ ਦੁਖਦਾਈ ਸਹਿ ਔਰ ਗਹਿ ਹੈ, ਆਪਾਂ ਸਾਰੇ ਮਹਿਸੂਸ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਦਾ ਭਾਣਾ ਜਦੋਂ ਵਾਪਰਦਾ ਹੈ ਉਸਨੂੰ ਸਹਿਣ ਕਰਨਾ ਕਿੰਨਾ ਦੁਖਦਾਈ ਆ ਪਰਖਾ ਹੁੰਦਾ। ਪ੍ਰਸ਼ਾਸਨ ਜੀ, ਜੇ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਵਿਧੀਆਂ ਬਣਾਈਆਂ ਉਸੇ ਤਰ੍ਹਾਂ ਸੰਸਾਰ ਚੱਲਦਾ, ਉਹਦੇ ਵਿੱਚ ਨਾ ਵੱਧ ਘੱਟ ਹੋ ਸਕਦੇ ਹਨ ਕੋਈ ਕਰ ਸਕਦਾ। ਜਿੰਨੇ ਜਿੰਨੇ ਆਜੋ ਅਸੀਂ ਗੁਰੂ ਮਹਾਰਾਜ ਵੱਲੋਂ ਬਖਸ਼ੇ ਸਾਨੂੰ ਦਿੱਤੇ ਜਾਂਦੇ ਆ ਉਹਨਾਂ ਨੂੰ ਭੋਗ ਕੇ ਆਪਾਂ ਸਾਰਿਆਂ ਨੇ ਸੰਸਾਰ ਬਚਾਏ। ਪਰ ਆਪਾਂ ਦੁਨਿਆਵੀ ਜੀਵਨ ਸੰਤਾਂ ਕੁਛ ਵੀ ਨਹੀਂ, ਜਿੰਨੀ ਮਨੁੱਖੀ ਆਜੋ ਆਪਾਂ ਸੋਚਦੇ ਹਾਂ ਕਿ ਜਿੰਨੀ ਆਜੋ ਇਨਸਾਨ ਨੂੰ ਆਜੋ ਜਿਵੇਂ 70-80 ਸਾਲ ਦੇ ਆਪਾਂ ਸੋਚਦੇ ਹਾਂ ਕਿ ਹੋਣੀ ਚਾਹੀਦੀ, ਜਦੋਂ ਉਸ ਤੋਂ ਪਹਿਲਾਂ ਵੀ ਅਸੀਂ ਦੁਰਘਟਨਾ ਵਾਪਰਦੀ ਆ ਉਸ ਨੂੰ ਸਹਿਣ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ। ਪਾਣਾ ਤਾਂ ਮੰਨਣਾ ਪੈਂਦਾ ਪਰ ਮੰਨਣਾ ਬੜਾ ਔਖਾ ਲੱਗਦਾ। ਪਰ ਜਦੋਂ ਪਰਿਵਾਰ ਦਾ ਮੁੱਢੀ ਭਰਵਾਨੀ ਹੋ ਜਾਵੇ, ਪਰਿਵਾਰ ਨੂੰ ਛੱਡ ਕੇ ਚਲਾ ਗਿਆ ਹੋਵੇ, ਛੋਟੇ ਛੋਟੇ ਬੱਚਿਆਂ ਨੇ ਉਸ ਲੋਕ ਨੂੰ ਸਹਿਣ ਕਰਨਾ ਬੜਾ ਕਠਿਨ ਹੁੰਦਾ। ਪ੍ਰਸ਼ਾਸਨ ਜੀ, ਗੁਰੂ ਦੇ ਆਸਰੇ ਤੋਂ ਬਿਨਾਂ ਹੋਰ ਕੁਛ ਸਾਡੇ ਕੋਲ ਇੱਦਾਂ ਨਹੀਂ ਹੈ। ਸਿੱਖ ਇਤਿਹਾਸ ਬਹੁਤ ਦੁਨੀਆਂ ਮਸਾਲਾਂ ਨਾਲ ਭਰਿਆ ਹੋਇਆ ਜੋ ਸਾਨੂੰ ਸਹਾਰਾ ਦਿੰਦਾ, ਔਰ ਗੁਰੂ ਮਹਾਰਾਜ ਕਿਰਪਾ ਕਰਕੇ ਪਰਿਵਾਰ ਜਿੱਥੇ ਇਸ ਲੋਕ ਨੂੰ ਸਹਿਣ ਦੇ ਕਾਬਲ ਹੋਵੇ, ਉਹਨਾਂ ਦਾ ਬੱਚੇ ਨੇ ਜੋ ਉਹਨਾਂ ਦੀ ਰਹਿਨਮਾਈ ਬੱਚਿਆਂ ਨੂੰ ਜੋੜੇ ਪਰਵੇਸ਼ ਚੰਗੀ ਹੋਵੇ, ਉਹ ਚੰਗੇ ਯੋਗ ਬਣ ਔਰ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਨ, ਇਹ ਇੱਕ ਵਸੀਲਾ ਸਾਡੇ ਕੋਲ ਉਹਨਾਂ ਦੀ ਯਾਦ ਨੂੰ ਬਾਰੇ ਰੱਖਣ। ਜੋ ਇਸ ਪਰਿਵਾਰ ਨੇ ਜਿੱਥੇ ਆਪਣੀ ਪਰਿਵਾਰ ਤਮਾਂ ਤਰ੍ਹਾਂ ਦੇ ਨਾਲ ਨਾਲ ਸਮਾਜ ਸੇਵਾ, ਪਾਰਟੀ ਦੀ ਸੇਵਾ, ਧਾਰਮਿਕ ਕਾਰਜਾਂ ਦੀ ਸੇਵਾ, ਹੁਕਮ ਭਾਵ ਸੇਵਾ, ਇਲਾਕੇ ਦੀ ਸੇਵਾ ਦੇ ਰੂਪ ਵਿੱਚ ਪਰਿਵਾਰ ਵਿੱਚ ਰਹਿ ਨਹੀਂ ਸਕਦਾ। ਅੱਜ ਬਹੁਤ ਵੱਡੀ ਗਿਣਤੀ ਦੇ ਸਾਨੂੰ ਕਰਕੇ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਦੁੱਖ ਮਨਾਉਣ ਲਈ ਪਹੁੰਚੇ ਹੈ, ਦੁੱਖ ਮਨਾਇਆ ਕਰਦਾ। ਮੈਂ ਆਪਣੇ ਵੱਲੋਂ ਜਿਹੜਾ ਕਰ ਦਿੱਤਾ ਸੀ ਗੁਰੂ ਵੱਲੋਂ ਸਾਡੇ ਵਿੱਚ ਰਵੀ ਨੂੰ ਸ਼ਰਧਾ ਹੋ ਸਕਦਾ ਪੇਟ ਕਰਨਾ ਸਮੁੱਚੇ ਗੁਰੂ ਗੁਰੂ ਸਾਹਿਬ ਸਾਰਿਆਂ ਮਹਾਂ ਵਾਹਿਗੁਰੂ ਜੀ ਮਹਾਰਾਜ ਸਾਹਿਬ ਵਾਹਿਗੁਰੂ ਜੀ ਆਏ ਨੇ। ਮੈਂ ਉਹਨਾਂ ਤੋਂ ਸਾਰੀ ਤੋਂ ਮਾਫ਼ੀ ਮੰਗਦਾ, ਸਰਦਾਰ ਚੰਦ ਸਿੰਘ ਚੱਪਾ ਸਾਹਿਬ ਬੈਠੇ ਉਹਨਾਂ ਤੋਂ ਮਾਫ਼ੀ ਮੰਗਦਾ, ਔਰ ਸਾਡੇ ਬਹੁਤ ਹੀ ਸਰਦਾਰ ਸਰਦਾਰ ਦਿਲਜੀਤ ਸਿੰਘ ਦੀ ਗੋਲਡੀ ਜੋ ਚੇਅਰਮੈਨ ਰਹੇ ਪੀ ਆਰ ਸੀ ਪੰਜਾਬ ਦੇ, ਉਹਨਾਂ ਤੋਂ ਟਾਈਮ ਵੀ ਘੱਟ ਕਰਨ ਉਹ ਬਣਾਉਣਾ ਸੀ, ਉਹਨਾਂ ਤੋਂ ਵੀ ਮਾਫ਼ੀ ਮੰਗਦਾ। ਔਰ ਸਾਡੇ ਬਹੁਤ ਹੀ ਸਰਦਾਰ ਜੋ ਸਲਾਹਕਾਰ ਆਪਣਾ ਕਮੇਟਾ ਜੀ, ਜਿਹਨਾਂ ਦਾ ਇਸ ਪਰਿਵਾਰ ਨਾਲ ਉਸ ਦੇ ਬੇਟੇ ਨਾਲ ਸਾਡੇ ਨਾਲ ਬੁੱਢਾ ਸਿੰਘ ਜੀ ਨਾਲ ਬਹੁਤ ਭਰਾਵਾਂ ਵਾਲਾ ਰਿਸ਼ਤਾ ਸੀ, ਉਹਨਾਂ ਨੂੰ ਵੀ ਬੁਲਾਉਣਾ ਸੀ ਕਿਉਂ ਟਾਈਮ ਦੀ ਘਾਟ ਹੋਣ ਕਰਕੇ ਮੈਂ ਉਹਨਾਂ ਤੋਂ ਵੀ ਮਾਫ਼ੀ ਮੰਗਦਾ। ਮੈਂ ਉਹ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਰਦਾਰ ਸਾਹਿਬ ਗੁਰਦੇਵ ਸਿੰਘ ਜੀ ਮਹਾਨ ਸਾਬਕਾ ਮੰਤਰੀ ਪੰਜਾਬ ਸਰਕਾਰ ਜੋ ਵੀ ਗੌਰ ਕਰੇ ਕਾਕਾ ਬੁੱਢਾ ਸਿੰਘ ਦੀ ਅੰਤਮ ਅਰਦਾਸ ਵਿੱਚ ਜੁੜੀ ਗੁਰੂ ਸਾਹਿਬ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਦਾ ਵਿਛੋੜਾ ਇੱਕ ਬੜਾ ਕਹਿ ਕੇ ਸਹਿ ਸਦਮਾ ਹੁੰਦਾ ਹੈ। ਇਤਿਹਾਸ ਦੇ ਵਿੱਚ ਵੱਡੇ ਵੱਡੇ ਲੋਕ ਕਹਿੰਦੇ ਆ ਰਾਜਾ ਦਸ਼ਰਥ ਆਪਣੇ ਪੁੱਤਰ ਨੂੰ ਬਣਵਾਸ ਦੇ ਕੇ ਉਹਦਾ ਵਿਛੋੜਾ ਸਹਾਰ ਨਹੀਂ ਸੀ ਸਕਿਆ, ਆਪਣੇ ਪ੍ਰਾਂਤ ਤੇ ਆ ਗਿਆ। ਮਹਾਭਾਰਤ ਦਾ ਮਹਾਨ ਯੋਧਾ ਆਪਣੇ ਪੁੱਤਰ ਦੀ ਝੂਠੀ ਮੌਤ ਦੀ ਖਬਰ ਸੁਣ ਕੇ ਆਪਣੇ ਪ੍ਰਾਂਤ ਤੇ ਆ ਗਿਆ, ਪਰ ਦਮਦਮ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਆਪਣੇ ਚਾਰੇ ਲਿਖ ਕੇ ਜਿਹੜੇ ਖਾਲਸਾ ਪੰਥ ਦੇ ਉੱਤੇ ਬਾਰੇ ਇਸ ਸੰਸਾਰ ਦੀ ਗੁਲਾਮੀ ਕੱਟਣ ਦੇ ਲਈ ਇੱਕ ਨਵਾਂ ਰਸਤਾ ਦਿਖਾ ਕੇ ਗਏ, ਉਹ ਰਸਤਾ ਹੈ ਜਿਸ ਰਸਤੇ ਦੇ ਉੱਤੇ ਅੱਜ ਸਰਦਾਰ ਸ਼ਮਸ਼ੇਰ ਸਿੰਘ ਹੋਰਾਂ ਨੂੰ ਵੀ ਚੱਲਣਾ ਪੈ ਰਿਹਾ ਹੈ। ਮੇਰਾ ਬੜਾ ਪੁਰਾਣਾ ਰਿਸ਼ਤਾ ਪਰਿਵਾਰ ਦੇ ਨਾਲ, ਕਿਉਂਕਿ ਬੜਾ ਲੰਬਾ ਸਮਾਂ ਇਸ ਇਲਾਕੇ ਦੀ ਸੇਵਾ 'ਚ ਰਿਹਾ, ਇਸ ਨਗਰ ਦੀ ਸੇਵਾ 'ਚ ਰਿਹਾ। ਸਰਦਾਰ ਸ਼ਮਸ਼ੇਰ ਸਿੰਘ ਇਸ ਨਗਰ ਦੇ ਸੇਵਾਦਾਰ, ਇੱਕ ਬਹੁਤ ਵਧੀਆ ਸੇਵਾਦਾਰ ਨੇ, ਜਿਨ੍ਹਾਂ ਨੂੰ ਲੋਕਾਂ ਨੇ ਸੇਵਾ ਬਖਸ਼ੀ ਤਾਂ ਇਸ ਨਗਰ ਦੀ ਉੱਨਤੀ ਦੇ ਵਾਸਤੇ ਉਹਨਾਂ ਨੇ ਨਿਰਮਾਣ ਕਰਕੇ ਕੰਮ ਕੀਤਾ, ਤਾਂ ਕਿ ਆਪਣੇ ਇਸ ਨਗਰ ਦੀ ਨਾਮਣਾ ਚੰਗਾ ਬਣ ਸਕੇ, ਚੰਗੇ ਨੌਜਵਾਨ ਪੈਦਾ ਹੋ ਸਕਣ। ਪਰ ਪਤਾ ਨਹੀਂ ਹੁੰਦਾ ਕਿ ਇਨਸਾਨ ਦੇ ਕਿਸਮ ਦੇ ਵਿੱਚ ਕਿਆ ਕੁਝ ਲਿਖਿਆ ਹੁੰਦਾ ਹੈ। ਮਰਨਾ ਭਾਵੇਂ ਸਾਹਮਣੇ ਹੈ, ਕਬੀਰ ਜੀ ਨੇ ਫਰਮਾਇਆ ਵੀ ਜਿਹੜਾ ਕਿਹਾ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ,
ਜੇ ਸਹਿਬ ਮਨ ਨੂੰ ਨਾ ਵਿਸਰੇ ਤਾਂ ਸਹਿਲਾ ਪੜਨਾ ਹੋਏ। ਜੇ ਸੱਚ ਪੁੱਛੀਏ ਤਾਂ ਸਾਹਿਬ ਬੂਟਾ ਸਿੰਘ ਨਾਲ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਜੋ ਆਪਣੇ ਬੱਚੇ ਦੇ ਨਾਲ ਲੈ ਕੇ ਉਹਦੇ ਲਈ ਪੜ੍ਹਾਈ ਦਾ ਸਮਾਨ ਲੈਣ ਵਾਸਤੇ ਸਨਾਮ ਜਾ ਰਿਹਾ ਸੀ ਅਤੇ ਰਸਤੇ ਜਾਂਦੇ ਜਾਂਦੇ ਹਾਦਸਾ ਵਾਪਰ ਗਿਆ। ਇੱਕ ਅਜਿਹੀ ਘਟਨਾ ਹੈ ਜਿਹਨੂੰ ਭੁੱਲਣਾ ਬਹੁਤ ਮੁਸ਼ਕਲ ਹੈ, ਪਰ ਸਤਿਗੁਰਾਂ ਦਾ ਕੋਟ ਦੇ ਆਸਰਾ ਲੈ ਕੇ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਿਖਾਇਆ, ਆਪਣੇ ਲੱਕੇ ਚ ਕਰਵਾ ਕੇ ਉਹ ਪਾਣਾ ਮੰਨ ਦਾ ਰਸਤਾ ਦਿਖਾਇਆ, ਉਸ ਰਸਤੇ ਨੂੰ ਦੇਖ ਕੇ ਆਪਾਂ ਸਾਰਿਆਂ ਨੂੰ ਇਹ ਬਲ ਮਿਲਦਾ ਹੈ। ਭਾਵੇਂ ਸਾਹਿਬ ਸੁਖਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਬਹੁਤ ਵੱਡਾ ਅਸਹਿਜਕ ਸਦਮਾ ਹੈ, ਪਰ ਸਤਿਗੁਰਾਂ ਦਾ ਫਰਮਾਨ ਹੈ ਜੇ ਠਾਕਰ ਸਿੰਘ ਨੇ ਕੋਈ ਚਾਰਾ ਤਾਂ ਕੋਈ ਕੀਜੇ ਸਾਹਿਬ ਨਮਸਕਾਰਾ, ਆਪਣਾ ਕੁਦੇ ਅੱਗੇ ਕੋਈ ਜ਼ੋਰ ਨਹੀਂ ਹੁੰਦਾ। ਇਸੇ ਕਰਕੇ ਸਾਰਿਆਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਿਓ ਅਤੇ ਪਿੱਛੇ ਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ ਕਰਿਓ। ਤੁਹਾਡੀ ਸਾਰਿਆਂ ਦੀ ਇਹ ਕੀਤੀ ਅਰਦਾਸ ਬੇਨਤੀ ਬਿਰਤੀ ਦੀ ਜਾਏਗੀ। ਸਰਦਾਰ ਸ਼ਮਸ਼ੇਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਸਤਿਗੁਰੂ ਬਲ ਬਖਸ਼ ਕਰਨਗੇ ਅਤੇ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਨਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਛੜੀ ਰੂਹ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਬਦਾਂ ਦੇ ਕੋਲ ਪੇਸ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਹੈ ਕਲੱਬ ਦੇ ਪ੍ਰਧਾਨ ਹਰਬਾਸ ਸਿੰਘ ਜੀ, ਸ਼ਾਹ ਜੀ ਦਾ ਜੇਸੀ ਜੀ, ਬਿਰਖ ਸਾਹਿਬ ਚੱਠਾ ਦਾ, ਸਿੱਧੂ ਜੀ, ਸੋਚੇ ਜਿੰਨੇ ਵੀ ਕਲੱਬ ਦੇ ਲੀਡਰ ਨੇ ਸਾਰਿਆਂ ਵੱਲੋਂ, ਸੋ ਪ੍ਰਦੇਸ਼ ਹੈ ਸਾਰਿਆਂ ਵੱਲੋਂ ਸਾਡਾ ਸਤਿਕਾਰ ਭੇਟ ਕੀਤੀ ਹੈ ਉਸ ਵੇਲੇ ਨੂੰ, ਧੰਨਵਾਦ ਵੀ ਕਰਦੇ ਸੁੱਖੀ ਪ੍ਰੈਸ ਦਾ ਸੀ ਦੂਜੇ ਪਰਿਵਾਰ ਵੱਲੋਂ। ਔਰ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਰਦਾਰ ਤੇਜਾ ਸਿੰਘ ਜੀ ਕਮਾਲਪੁਰ ਸਾਹਿਬ ਦਾ ਜਿਹੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਵੀ ਮੈਂਬਰ ਸ਼੍ਰੋਮਣੀ ਕਮੇਟੀ, ਉਹਨਾਂ ਤੋਂ ਵੀ ਮਾਫ਼ੀ, ਔਰ ਬਾਬੂ ਪ੍ਰਕਾਸ਼ ਸਿੰਘ ਜੀ ਗਰਗ ਸਾਬਕਾ ਅੰਮ੍ਰਿਤਸਰ ਦੇ ਸਕੱਤਰ ਸਾਹਿਬ, ਉਹਨਾਂ ਤੋਂ ਵੀ ਮਾਫ਼ੀ ਮੰਗਦਾ ਹੈ। ਮੈਂ ਫਿਰ ਸੋਚੇ ਪੰਜ ਸਰਪੰਚ ਸਰਦਾਰ ਅਮਰਿੰਦਰ ਸਿੰਘ ਜੀ ਸਰਪੰਚ, ਜੋ ਇਸ ਭਾਈ ਕਿਸ਼ੋਰ ਦੇ ਨਾਲ ਰਿਸ਼ਤਾ ਦੇ ਵਿਸ਼ੇਸ਼ ਤੌਰ 'ਤੇ ਇਸ ਪ੍ਰਭਾਵ ਦੇ, ਅਮਰੀਤ ਸਿੰਘ ਜੀ ਸਰਪੰਚ ਸਮਿਤੀ ਵਾਲਾ, ਸਰਦਾਰ ਗੁਰਪਿਆਰ ਸਿੰਘ ਚੱਠਾ ਸਾਹਿਬ ਦੇ ਪੰਚਾਇਤ ਮੀਡੀਆ ਦੇ ਜਨਰਲ ਸਕੱਤਰ ਨੇ, ਹੋਰ ਵੀ ਇੰਨੀਆਂ ਸਾਡੀਆਂ ਸੁਚੀਤਾ ਪਿੰਡਾਂ 'ਚੋਂ ਪੰਜ ਸਰਪੰਚ ਮੈਂਬਰ ਡਬਾਬ ਸਾਹਿਬ ਦੀ ਮੈਂਬਰ ਜਿਹੜਾ ਪ੍ਰਸਿੱਧ ਸਕੀਆਂ ਨੇ, ਸਾਡੇ ਗੁਲਜ਼ਾਰ ਸਿੰਘ ਜੀ ਕਿਰਪਾ, ਤੁਹਾਡੇ ਹਲਕਾ ਵੀ ਜਾਣਦੇ ਸ਼੍ਰੋਮਣੀ ਅਕਾਲੀ ਦਲ ਕਿਰਪਾ, ਤੁਹਾਡੇ ਭਰਾ ਜਵਾਹਰ ਸਿੰਘ ਜੀ ਮੋਹਨ ਕੱਪੂ ਵੀ ਆਏ ਵਿਸ਼ੇਸ਼ ਤੌਰ 'ਤੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਮੈਂ ਆਪ ਸੁਣ ਕੇ ਪਰਿਵਾਰ ਵੱਲੋਂ ਬੇਨਤੀ ਕਰਦਾ ਜਨਰਲ ਪ੍ਰਬੰਧਕ ਸਿੰਘ ਜੀ ਬੱਜੀ ਨੂੰ ਪ੍ਰਸਾਦ ਆਏ ਨੇ, ਕਿ ਉਹ ਆਏ ਸੰਗਤਾਂ ਧੰਨਵਾਦ ਕਰਨਗੇ ਸੁੱਚੇ ਪਰਿਵਾਰ ਵੱਲੋਂ ਅਤੇ ਸਭ ਦਾ ਸਤਿਕਾਰ ਭੇਟ ਕਰਨਗੇ ਸਰਦਾਰ ਪ੍ਰਬੰਧਕ ਸਿੰਘ ਜੀ ਪ੍ਰਤੀ। ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਬਹੁਤ ਹੀ ਸੋਗਮਈ ਅਤੇ ਗਮਗੀਨ ਮਾਹੌਲ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਬਹੁਤ ਪ੍ਰੇਮ ਅਤੇ ਨਿਮਰਤਾ ਸਾਹਿਤ ਪੰਥੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਾਜ਼ਰੀ ਵਿੱਚ ਰਾਗੀ ਸਿੰਘਾਂ ਦੇ ਕੀਰਤਨ ਕਰਨ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਇਹੋ ਜਿਹੇ ਮੌਕੇ ਕੁਝ ਨਹੀਂ ਬੋਲਿਆ ਜਾ ਸਕਦਾ, ਕਿਉਂਕਿ ਇੱਕ ਬਹੁਤ ਹੀ ਅਕਾਇ ਅਤੇ ਸਹਿਰ ਜੋ ਦੁੱਖ ਹੈ ਪਰਿਵਾਰ ਨੂੰ, ਇਹ ਸਤਿਗੁਰਾਂ ਦੇ ਹੈ ਤਾਂ ਸਾਰਾ ਕੁਛ ਹੁਕਮ ਦੇ ਵਿੱਚ, ਕਿਉਂਕਿ ਆਪਣੇ ਹੱਥ ਕੁਛ ਨਹੀਂ ਹੈ। ਮੈਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਬੂਟਾ ਸਿੰਘ ਦੇ ਜੀਵਨ ਵਿੱਚ ਦੋ ਤਿੰਨ ਮਹੀਨੇ ਪਹਿਲਾਂ ਮਹਾਂਪੁਰਖਾਂ ਕੋਲ ਚਾਰ ਮਹੀਨੇ ਪਹਿਲਾਂ 3 ਵਜੇ ਉੱਠ ਕੇ ਜਾਂਦੇ ਸੀ, ਕੋਈ ਜੀਵਾਤਮਾ ਦਾ ਆਪਦਾ ਸਫ਼ਰ ਸੀ, ਉੱਥੇ ਕੀਰਤਨ ਕਰਦੇ ਸੀ। ਅਤੇ ਉਹ ਮਹਾਂਪੁਰਖ ਵੀ ਇਹਦੇ ਜਿਹੜੇ ਕਿ 22-22 23-23 24-24 ਦਿਨ ਉਹ ਖੜ੍ਹ ਕੇ ਭਗਤੀ ਕਰਦੇ ਸੀ। ਜਾਣ ਵੇਲੇ ਦਾ ਸਮਾਂ ਇਹ ਵੀ ਨਿਰੰਕਾਰ ਦੇ ਹੁਕਮ ਵਿੱਚ ਹੀ ਹੈ, ਸਾਰਾ ਉਹਦਾ ਖੇਲ ਹੈ। ਸੋ ਮੈਂ ਮਹਿਸੂਸ ਕਰਦਾ ਕਿ ਆਪਾਂ ਸਾਰਿਆਂ ਨੇ ਅਰਦਾਸ ਰੂਪੀ ਕੀਰਤਨ ਰਾਹੀਂ ਉਸ ਬੇਟੇ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਰਦਾਰ ਸ਼ਮਸ਼ੇਰ ਸਿੰਘ ਜੀ ਇੱਕ ਬਹੁਤ ਹੀ ਬਹੁਤ ਪਿਆਰ ਸਤਿਕਾਰ, ਇਹਨਾਂ ਦਾ ਵੀ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਨੇ। ਸਭ ਤੋਂ ਵੱਡੀ ਗੱਲ, ਸਰਦਾਰ ਸ਼ਮਸ਼ੇਰ ਸਿੰਘ ਵਿੱਚ ਇੱਕ ਨਿਮਰਤਾ ਹੈ ਜੋ ਬਹੁਤ ਵੱਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੇ ਦੱਸਿਆ, ਅਤੇ ਉਹਨਾਂ 'ਤੇ ਬਹੁਤ ਵੱਡਾ ਖਹਿ ਅਤੇ ਸਹਿ ਜਿਹੜਾ ਇਹ ਕਸ਼ਟ ਆਇਆ ਸਤਿਗੁਰੂ ਕਿਰਪਾ ਕਰਨ। ਮੇਰੇ ਨਾਲ ਜਾਤੀ ਅਤੇ ਜਮਾਤੀ ਤੌਰ 'ਤੇ ਇਸ ਪਰਿਵਾਰ ਦੀ ਬਹੁਤ ਨੇੜਤਾ ਹੈ। ਮੈਂ ਤੁਹਾਡੀ ਸਾਰੀ ਸੰਗਤ ਦਾ
सारे जथेदार साहबाना का पार्टी के आगू साहबाना का तुहाडा सारयां दा बहुत परिवार वालों धन्यवाद करदा कि तुसीं इहो जिहे मौके जो दुख बनाया परिवार वालों तुहाडा बहुत बहुत धन्यवाद। मैं अपने वालों अपने परिवार वालों तो अपनी जथेबंदी श्रोमणी अकाली दल वालों साडे नेड़े समान सरदार बूटा सिंह जी नूं श्रद्धा दे फुल भेट करदा होया खिमा दा जाचकां बहुत बहुत धन्यवाद। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਾਡਾ ਗੁਰਮੇਲ ਕਰਦਾ ਹੈ ਜਾਂ ਪਰਿਵਾਰ ਵੱਲੋਂ ਸਮੁੱਚੀਆਂ ਪੰਚਾਇਤਾਂ ਦਾ ਫੇਰ ਸਮੁੱਚੇ ਕਲੱਬਾਂ ਦਾ ਸਮੁੱਚੇ ਪਰਿਵਾਰ ਵੱਲੋਂ ਸਰਦਾਰ ਸੁਖਜੀਤ ਸਿੰਘ ਜੀ ਜਫਲ ਸਾਹਿਬ ਔਰ ਸਰ ਲਖਨ ਸਿੰਘ ਜਫਲ ਸਾਹਿਬ ਜੋ ਕਿ ਆਪਣੇ ਦਲ ਦੇ ਆਗੂ ਵੀ ਨੇ ਉਹਨਾਂ ਵੱਲੋਂ ਸਮੁੱਚੀਆਂ ਦੇ ਆਪਣੇ ਜਥੇਬੰਦੀਆਂ ਦਾ ਸਮੁੱਚੀਆਂ ਪੰਚਾਇਤਾਂ ਦਾ ਸਮੁੱਚੀਆਂ ਕਲੱਬਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਜਾਣਾਂ ਵਿੱਚ ਬੇਨਤੀ ਹੈ ਜੀ ਸਮੁੱਚੇ ਪ੍ਰਸ਼ਾਦਾ ਬਣੇ ਨਹੀਂ ਹੈਗਾ ਉਹ ਪ੍ਰਸ਼ਾਦਾ ਬਣੇ ਜਿਹਦੇ ਵਿੱਚ ਚਾਹ ਦਾ ਲੱਗ ਰਿਹਾ ਸਮੁੱਚੀਆਂ ਸੰਗਤਾਂ ਨੂੰ ਚਾਹ ਦਾ